ਹਾਂਜੀ ਭਾਅ ਜੀ ਕੀ ਨਾਮ ਹੈ? ਤਰਸੇਮ ਸਿੰਘ ਜੀ। ਕੀ ਗੱਲਬਾਤ ਕੀ ਹੋਈ? ਗੱਲਬਾਤ ਸਰ ਕੋਈ ਨਹੀਂ, ਬ੍ਰਦਰ ਵਾ, ਬ੍ਰਦਰ ਦੇ ਸਾਂਡੂ ਦੇ ਬੇਟੇ ਬੇਟਾ ਆਇਆ ਸੀ, ਉਹਨਾਂ ਦੀ ਐਕਚੁਅਲੀ ਇੱਥੇ ਮਕਾਨ ਵਾ ਕ੍ਰਿਸ਼ਨਾ ਨਕਲੇਵ 'ਚ, ਉਹਦਾ ਬਿਆਨਾ ਸੀ ਮੇਰੇ ਨਾਮ 'ਤੇ, ਉਹਨਾਂ ਸੇਲ ਕੀਤੀ ਸੀ ਅਤੇ ਕਹਿੰਦੇ ਸੀ ਵੀ ਅਸੀਂ ਤੁਹਾਡੇ ਬਿਆਨਾ ਵਾਪਸ ਕਰਨਾ ਵਾ ਅਤੇ ਸਾਨੂੰ ਬਿਆਨਾ ਦਿਖਾਓ। ਬਿਆਨਾ ਦਿਖਾਇਆ ਅਤੇ ਬਿਆਨਾ ਖੋਣ ਪੈ ਗਏ ਅਤੇ ਬਾਅਦ 'ਚੋਂ ਕੁਝ ਅਣ ਪਛਾਤੇ ਛੇ ਕੁ ਬੰਦੇ ਉਹਨਾਂ ਬੁਲਾਏ, ਉਹ ਛੇ ਦੇ ਛੇ ਹੀ ਹਥਿਆਰਾਂ ਨਾਲ ਲੈ ਸੀ ਅਤੇ ਬਸ ਸਾਡੇ ਪਰਿਵਾਰ ਨੂੰ ਬੰਧਕ ਬਣਾਇਆ ਅਤੇ ਬਿਆਨਾ ਵੀ ਖੋਣ ਦੀ ਕੋਸ਼ਿਸ਼ ਕਰਕੇ ਅੱਧਾ ਲੈ ਗਏ ਫਾੜ ਕੇ, ਅੱਧਾ ਰਹਿ ਗਿਆ ਮੇਰੇ ਕੋਲ। ਕੁਛ ਗਹਿਣਾ ਸੀ ਗੱਲ 'ਚ ਮੇਰੇ ਵੀ, ਮੇਰੀ ਵਾਈਫ ਦੇ ਉਹ ਵੀ ਲੈ ਗਏ। ਕੁਝ ਕਿਹਾ ਸੀ ਸਰ 80-90 ਹਜ਼ਾਰ ਰੁਪਇਆ ਤਕਰੀਬਨ, ਪੱਕਾ ਨਹੀਂ ਪਤਾ ਇੰਨਾ ਕੀ ਸੀ, ਉਹ ਵੀ ਲੈ ਗਏ ਸਰ। ਕੌਣ ਸੀ ਪਛਾਣ ਹੈਗੀ? ਜਿਹੜਾ ਮੇਨ ਵਾ ਗਗਨਦੀਪ ਸਿੰਘ ਬੋਵੀ, ਉਹ ਪਹਿਲਾਂ ਵੀ ਸਾਡੇ ਥਾਣੇ ਤੋਂ ਭਗੌੜਾ ਵਾ, ਉਹ ਸੀ ਨਾਲ ਉਹਦੇ ਦੋਸਤ ਸੀ, ਉਹਨਾਂ ਨੂੰ ਮੈਂ ਨਹੀਂ ਜਾਣਦਾ ਸਰ। ਕਿੰਨੇ ਕੁ ਵਜੇ ਟਾਈਮ ਸੀ? ਇਹ ਟਾਈਮ ਸੀ ਸਰ 10:45 ਵਜੇ ਦਾ। ਕਿੰਨੇ ਕੁ ਲੁੱਟ ਹੋਏ? ਤਕਰੀਬਨ ਇੱਕ ਬਿਆਨਾ ਲੈ ਗਏ ਸਰ ਅਤੇ ਮੇਰੇ 2 ਤੋਲੇ ਦੀ ਚੈਨੀ ਸੀ ਮੇਰੇ ਗਲ 'ਚ ਅਤੇ ਵਾਈਫ ਦਾ ਇੱਕ ਸਾਈਡ ਦੇ ਟੋਪਸ ਵਾਲੀ ਲੈ ਗਏ ਆ। ਸਰ ਹਾਂਜੀ ਪਿਸਟਲ ਗਗਨਦੀਪ ਬੋਬੀ ਕੋਲ ਪਿਸਟਲ ਸੀ, ਜਿਹੜੇ ਉਹਨਾਂ ਬਾਅਦ 'ਚੋਂ ਬੁਲਾਏ ਬੰਦੇ ਉਹਨਾਂ ਸਾਰਿਆਂ ਕੋਲ ਪਿਸਟਲ ਸੀ। ਸਰ ਹੁਣ ਸਾਨੂੰ ਅੰਦਰ ਬੰਧਕ ਬਣਾ ਲਿਆ ਸੀ ਅਤੇ ਪਿਸਤੌਲ ਆ ਕੇ ਬਾਹਰ, ਇਹਦਾ ਨਹੀਂ ਪਤਾ ਫਾਇਰ ਸਰ ਹੋਇਆ ਕਿ ਨਹੀਂ ਹੋਇਆ। ਪੁਲਿਸ ਕੰਪਲੇਂਟ ਹਾਂਜੀ ਕੀਤੀ ਜੀ ਕਾਲੇ ਘਨੂਪੁਰ ਚੌਂਕੀ। ਨਹੀਂ ਰਾਤੀ ਆਏ ਸੀ ਸਰ 3 ਜਣੇ ਅਤੇ ਹੁਣ ਸਵੇਰ ਦਾ ਕੋਈ ਨਹੀਂ ਆਇਆ। ਸਰਕਾਰ ਕੋਲੋਂ ਮੰਗ ਕਰਦੇ ਹਾਂ ਜੀ ਇੱਕ ਕਾਨੂੰਨ ਵਿਵਸਥਾ ਥੋੜ੍ਹੀ ਬਿਹਤਰ ਕੀਤੀ ਜਾਵੇ। ਜਿਉਂ ਦੀ ਭਗਵੰਤ ਮਾਨ ਸਰਕਾਰ ਆਈ ਆ ਕਾਨੂੰਨ ਵਿਵਸਥਾ ਸਾਰੀ ਵਿਗੜੀ ਪਈ ਆ, ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਵਾ ਅਤੇ ਸਰਕਾਰ ਕੋਲ ਮੰਗ ਕਰਦੇ ਜੋ ਸਾਨੂੰ ਬਣਦਾ ਹੱਕ ਬਣਦਾ ਸਾਨੂੰ ਦਵਾਇਆ ਜਾਵੇ ਜੀ। ਇਹ ਛਿਆਟਾ ਏਰੀਆ ਜੀ, ਖੰਡ ਘਲੂਪੁਰ ਕਾਲੇ ਰੋਡ। ਰੁਪਿੰਦਰ ਕੌਰ ਮਾਸਟਰ ਅਵੀਨਿਊ। ਇਹ ਅਣਪਛਾਤੇ ਬੰਦੇ ਆਣ ਕੇ, ਇੱਕ ਤਾਂ ਮੁੰਡੇ ਨੂੰ ਅਸੀਂ ਜਾਣਦੇ ਹਾਂ ਅਤੇ ਅਣਪਛਾਤੇ ਬੰਦੇ ਉਹਨਾਂ ਨੇ ਸੱਦ ਕੇ ਮੇਰੇ ਘਰ ਵਾਲੇ 'ਤੇ ਹਮਲਾ ਕੀਤਾ, ਕਿਆ ਵਾਲੇ ਕਮਰੇ ਸਾਨੂੰ ਬੰਦ ਕਰਕੇ ਅਤੇ ਰਿਵੋਲਵਰਾਂ ਦਿਖਾਈਆਂ ਅਤੇ ਕਹਿੰਦੇ ਕਿ ਸਾਡੇ ਕੋਲ ਜੋ ਕੁਛ ਹੈਗਾ ਦੇ ਦਿਉ। ਕੋਈ ਕੈਸ਼ ਸੀਗਾ 90,000 ਰੁਪਇਆ ਕੋਲ, ਉਹ ਲੈ ਗਏ ਨੇ ਅਤੇ ਮੇਰੇ ਘਰ ਵਾਲੇ 'ਤੇ ਚੈਨੀ ਲੈ ਗਏ ਅਤੇ ਮੇਰੇ ਏਅਰਿੰਗ ਲੈ ਗਏ। ਸਰ ਸਾਨੂੰ ਅੰਦਰ ਬੰਧਕ ਬਣਾਇਆ ਹੋਇਆ ਸੀਗਾ, ਸਾਨੂੰ ਨਹੀਂ ਬਾਹਰ ਦਾ ਪਤਾ ਕੀ ਹੋਇਆ ਕੀ ਨਹੀਂ। ਉਹਨਾਂ ਵੱਲੋਂ ਕੁੱਟਮਾਰ ਕੀਤੀ ਕਿਸੇ ਨੂੰ? ਹਾਂਜੀ ਹੱਥੋਂ ਪਾਏ ਹੋਏ, ਉਹ ਖੂਨ ਖਿਲ ਰਿਹਾ ਹੋਇਆ ਦੇਖਿਆ। ਤੇ ਅੰਦਰ ਕਿਵੇਂ ਆਏ ਤੁਸੀਂ ਜਦੋਂ ਦਰਵਾਜ਼ਾ ਬੰਦ ਕਰ ਲਿਆ? ਆ ਸ਼ੀਸ਼ਾ ਤੋੜ ਕੇ ਰਸੋਈ ਦਾ। ਅੱਛਾ ਜੀ ਹਾਂਜੀ। ਤੁਸੀਂ ਪੁਲਿਸ ਕੰਪਲੇਂਟ ਹੁਣ ਕੀਤੀ ਕਿ ਤੁਹਾਡੇ ਕੋਲ? ਅਸੀਂ ਰਾਤੀ ਕਰ ਦਿੱਤੀ ਸੀ। ਕੀ ਮੰਗ ਕਰਦੇ ਹੋ? ਮੰਗ ਇਹ ਹੀ ਕਰਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਸਾਡੇ ਨਾਲ ਘਰੇ ਆਣ ਕੇ ਇਦਾਂ ਦੀ ਹਰਕਤ ਕਰਕੇ ਗਏ ਨੇ। ਜਿਵੇਂ ਦੀ ਰਾਤ ਇਹ ਮਾਮਲਾ ਹੋਇਆ, ਕੀ ਲੱਗਦਾ ਘਰ ਵਿੱਚ ਪਰਿਵਾਰ ਸੀ, ਬੱਚੇ ਸੀ ਤੇ ਕੀ ਹੋ ਸਕਦਾ? ਕੁਛ ਵੀ ਹੋ ਸਕਦਾ ਸੀ, ਬੱਚਿਆਂ ਨੂੰ ਜਾਂ ਇਹਨਾਂ ਨੂੰ ਸੱਟ ਪੇਟ ਲੱਗ ਜਾਂਦੀ ਤੇ ਅਸੀਂ ਕਿੱਥੋਂ ਆਪਣਾ ਜੀਵ ਵਾਪਸ ਲੈ ਕੇ ਆਉਣਾ ਸੀ। ਹਾਂਜੀ ਇਨਸਾਫ ਦੀ ਮੰਗ ਕੀਤੀ? ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਰ ਇੱਕ ਮਾਮਲਾ ਆਇਆ ਰਾਤੀ ਕਿਸੇ ਘਰ ਦੇ ਵਿੱਚ, ਮਤਲਬ ਘਰ ਦੇ ਕੋਲੋਂ ਪਰਿਵਾਰ ਦਾ ਕਹਿਣਾ ਕਿ ਬੰਦੀ ਬਣਾ ਕੇ ਉਹਨਾਂ ਨੂੰ ਲੁੱਟ-ਪੁੱਟ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ ਇਸ ਮਾਮਲੇ 'ਚ? ਨਹੀਂ ਇਹੋ ਜਿਹੀ ਤਾਂ ਕੋਈ ਗੱਲਬਾਤ ਨਹੀਂ, ਸਾਡੇ ਕੋਲ ਰਾਹ ਕੰਪਲੇਂਟ ਆਈ ਵੀ ਸਾਡੇ ਘਰ ਕੋਈ ਬੰਦੇ ਆਏ ਨੇ, ਜਦੋਂ ਅਸੀਂ ਵੈਰੀਫਾਈ ਕੀਤਾ ਤਾਂ ਇਹਨਾਂ ਦਾ ਆਪਣਾ ਕੋਈ ਪ੍ਰੋਪਰਟੀ ਦਾ ਝਗੜਾ ਸੀ, ਉਹ ਕੋਈ ਇਹਨਾਂ ਦੇ ਜਿੱਦੇ ਕੰਪਲੇਂਟ ਕੀਤੀ, ਉਹ ਸਾਂਢੂ ਦਾ ਬੇਟੇ ਨੇ, ਕੋਈ ਪਲਾਟ ਸੰਬੰਧੀ ਹੈਗਾ ਤੂੰ ਮੇਰਾ ਹਲੇ ਨਾਲ ਘਰ ਆਏ ਨੇ, ਕੋਈ ਰਜਿਸਟਰੀ ਬਹਿਣਾ ਪਾੜ ਕੇ ਸੁੱਟ ਗਏ, ਬਾਕੀ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ, ਬੰਦੀ ਬਣਾਉਣਾ ਕੋਈ ਨਹੀਂ, ਰਾਤ ਹੀ ਫੋਰਸ ਦੇ ਘਰ ਸੀ।
ਪਰਿਵਾਰ ਦਾ ਕਹਿਣਾ ਕਿ ਬਿਆਨਾਂ ਦੇ ਪਾੜਿਆ ਗਿਆ ਉਹਨਾਂ ਨੂੰ ਘਰ ਦੇ ਅੰਦਰ ਬੰਦ ਕੀਤਾ ਗਿਆ ਅਤੇ ਰਸੋਈ ਦੇ ਸ਼ੀਸ਼ਾ ਤੋੜ ਕੇ ਅੰਦਰ ਆਏ ਨੇ ਅਤੇ ਉਹਨਾਂ ਸਾਰਿਆਂ ਦੇ ਕੋਲ ਪਿਸਤੌਲਾਂ ਵੀ ਸੀ। ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਵੈਰੀਫਾਈ ਕਰ ਰਹੇ ਹਾਂ ਅਸੀਂ, ਬਾਕੀ ਸਾਰੀ ਸੀ ਸੀ ਟੀਵੀ ਫੁੱਲ ਰਹੇ ਹਾਂ, ਜਿਹੋ ਜਿਹਾ ਕੋਈ ਆਏਗਾ ਮਸਲਾ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ।